ਕੁਮਾਰ ਠੀਕ ਹੈ ਜੀ ਤੇ ਤੁਸੀਂ ਆ ਕੇ ਬੈਠੇ ਆ ਮੈਂ ਤੁਹਾਨੂੰ ਆਉਂਦੇ ਪਹਿਲਾਂ ਗਿਆ ਵੀ ਤੁਹਾਨੂੰ ਬੈਠ ਦਾ ਨਹੀਂ ਪਤਾ ਹਰ ਚੀਜ਼ ਐਵਰੀ ਸਿੰਗਲ ਪਾਰਟ ਸੀਸੀਟੀਵੀ ਰਿਕਾਰਡਡ ਹੈ ਇਹ ਕਢਵਾਇਆ ਜਾਵੇ ਜੋ ਅਸੀਂ ਬਿਆਨ ਦੇ ਰਹੇ ਹਾਂ ਸਾਡੇ ਮੈਚ ਕੀਤੇ ਜਾਣ ਹਰ ਚੀਜ਼ ਟਾਈਮ ਟੂ ਟਾਈਮ ਉਹਦੇ ਵਿੱਚ ਰਿਕਾਰਡਡ ਹੈ 14 ਤਰੀਕ ਨੂੰ ਅਸੀਂ ਇੱਥੇ ਆਏ ਸੀਗੇ ਠੀਕ ਹੈ ਜੀ ਇਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਈਵਨ ਕਿ ਮੁੰਡੇ ਵਾਲਿਆਂ ਦਾ ਪੱਖ ਲਿਆ ਸਾਫ ਹੀ ਦੋ ਬੰਦੇ ਤਲਖੀ ਹੋਈ ਹੈ ਮਾਨਵਜੀਤ ਸਿੰਘ ਢਿੱਲੋਂ ਦੀ ਅਤੇ ਚਰਨਜੀਤ ਸਿੰਘ ਆ ਲੜਕੀ ਦਾ ਆਪਣਾ ਜੀਠ ਪਰ ਉਹਦਾ ਹਸਬੈਂਡ ਉਹ ਆਪਸ 'ਚ ਤਲਖੀ ਬਹਿਸ ਵਜਿਆ ਕਰਦੇ ਰਹੇ ਆ ਉਸ ਦੌਰਾਨ ਮਤਲਬ ਉਹਨਾਂ ਨੇ ਮੇਨ ਉਹ ਇਹ ਕਹਿ ਰਹੇ ਸੀ ਵੀ ਲੜਕੀ ਨੂੰ ਤੂੰ ਆਪਣੇ ਘਰ ਜਾ ਆਪਦੇ ਪੇਕੇ ਜਾ ਇਹ ਕਹਿੰਦੇ ਮੈਂ ਨਹੀਂ ਜਾਣਾ ਮੈਂ ਆਪਦੇ ਉੱਥੇ ਰਹਿਣਾ ਬੇਸ਼ੱਕ ਕਿਵੇਂ ਵੀ ਆ ਲੜਾਈ ਝਗੜੇ ਘਰਾਂ 'ਚ ਹੁੰਦੇ ਆ ਉਹ ਕਹਿੰਦੇ ਮੈਂ ਨਹੀਂ ਜਾਣਾ ਉਸ ਦਿਨ ਸਭ ਮੋਰਨਿੰਗ ਮੌਜੂਦ ਸੀ ਇੱਥੇ ਇੰਸਪੈਕਟਰ ਸਾਹਿਬ ਵੀ ਮੌਜੂਦ ਸੀਗੇ ਉਦੋਂ ਉਸ ਟਾਈਮ ਜਦੋਂ ਮੋਰਨਿੰਗ ਦੀ ਗੱਲ ਆ ਅਸੀਂ ਆਏ ਹਾਂ ਇੱਥੇ ਲੇਟ ਨਾਈਟ ਕਾਫੀ ਲੇਟ ਦੇਰ ਹੋ ਗਈ ਸੀ ਵੀ ਅਸੀਂ ਮੋਗੇ ਤੋਂ ਆਏ ਸੀ ਕੁਝ ਬੰਦੇ ਫੈਮਿਲੀ ਆਈ ਸੀ ਲੁਧਿਆਣੇ ਤੋਂ ਅਤੇ ਉਹਨਾਂ ਨੇ ਕਿਹਾ ਵੀ ਤੁਸੀਂ ਇੱਥੋਂ ਜਾਓ ਇਹਨਾਂ ਨੇ ਇਨਕਾਰ ਕੀਤਾ ਅਤੇ ਉਹਨਾਂ ਨੂੰ ਤਾਂ ਕਹਿੰਦੇ ਵੀ ਤੇਰੇ 'ਤੇ ਕਰਾਂ 57 ਇਹ ਕਹਿੰਦੇ ਹਾਂਜੀ ਸਰ ਕਰ ਦਿਓ ਜੀ ਉਹ ਕਹਿੰਦੇ ਪਤਾ 57 ਕੀ ਹੁੰਦੀ ਤੈਨੂੰ ਮਤਲਬ ਇਹੋ ਜਿਹੇ ਥ੍ਰੈਟ ਫਿਰ ਸਭ ਤੋਂ ਜਾ ਕੇ ਜਦੋਂ ਅਸੀਂ ਬੈਠੇ ਸਭ ਤੋਂ ਮੇਨ ਥ੍ਰੈਟ ਸਾਨੂੰ ਇਹ ਦਿੱਤਾ ਵੀ ਤੁਹਾਨੂੰ ਬਹਿਣਾ ਨਹੀਂ ਆਉਂਦਾ ਬਹਿਣਾ ਕਿਵੇਂ ਦਾ ਔਰ ਸੀ ਸੀ ਟੀ ਵੀ ਜੋ ਟਾਈਮ ਕਢਾ ਕੇ ਦੇਖਿਆ ਜਾਵੇ ਤੇ ਤੁਸੀਂ ਬੈਠੇ ਕੌਣ ਸੀਗੇ ਜਿਹੜੇ ਮੈਡਮ ਕਾਂਸਟੇਬਲ ਜੀ ਉਹਨਾਂ ਵੱਲੋਂ ਸਟਾਰਟਿੰਗ ਤੋਂ ਪਰ 57 ਵੀ ਉਹਨਾਂ ਵੱਲੋਂ ਹੀ ਦਰਖਾਸਤ ਉਹਨਾਂ ਵੱਲੋਂ ਹੀ ਹੋਈ ਹੈ ਠੀਕ ਹੈ ਜੀ ਸੈਕਿੰਡ ਥਿੰਗ 57 ਕਰਨ ਦਾ ਰੀਜ਼ਨ ਕੀ ਹੈ ਸਭ ਤੋਂ ਪਹਿਲਾਂ ਤਾਂ ਇਹੀ ਜਾਨਣਾ ਚਾਹੁੰਦਾ ਵੀ 57 ਕਿਸ ਬੇਸ ਤੇ ਕੀਤੀ 57 ਕਰਤੀ ਹੈ ਠੀਕ ਹੈ ਕਿਸ ਬੇਸ ਤੇ ਕੀਤੀ ਹੈ ਸਾਰੀ ਸੀ ਸੀ ਟੀ ਵੀ ਖੰਗਾਲੀ ਜਾਵੇ ਉਹ ਚੀਜ਼ ਹੋ ਗਈ ਅਸੀਂ ਉੱਥੋਂ ਉਸ ਰਾਤ ਨੂੰ ਇਹ ਕਹਿੰਦੇ ਵੀ ਤੁਸੀਂ 16 ਤਰੀਕ ਨੂੰ ਆ ਜਿਓ ਵੀ 15 ਸਾਡੀ ਡਿਊਟੀ ਲੱਗੀ 16 ਟਾਈਮ ਮਿਲ ਗਿਆ 16 ਤਰੀਕ ਨੂੰ ਮੈਂ ਗਿਆ ਸੀ ਹਰਿਆਣੇ ਠੀਕ ਹੈ ਜੀ ਜਿਹੜੇ ਅਕੜ ਦੋ ਵੀਰ ਇੱਥੇ ਹੈਗੇ ਨੇ ਨਾਲ ਠੀਕ ਹੈ ਜੀ ਉਹ ਵੀ ਨਾਲ ਸੀ ਮਾਨਵਜੀਤ ਸਿੰਘ ਢਿੱਲੋਂ ਵੀ ਮਤਲਬ ਇੱਥੇ ਅਵੇਲੇਬਲ ਸੀ ਆਏ ਠੀਕ ਹੈ ਜੀ ਉਹ ਬਾਹਰ ਗੱਡੀ 'ਚ ਬੈਠੇ ਇਹਨਾਂ ਵੱਲੋਂ ਆ ਭੈਣ ਵੱਲੋਂ ਜਦੋਂ ਅੰਦਰ ਬੈਠੇ ਸੀਗੇ ਇਹਨਾਂ ਵੱਲੋਂ ਕਿਹਾ ਗਿਆ ਵੀ ਜਿਹੜਾ ਮੁੰਡਾ ਉਹਦਾ ਆਇਆ ਸੀਗਾ ਨਾਲ ਉਹ ਵੀ ਬੰਦੇ ਬੁਲਾਓ ਅੰਦਰ ਬੁਲਾਇਆ ਗਿਆ ਗੱਲਬਾਤ ਹੋਈ ਉਹਨਾਂ ਨੂੰ ਬਾਹਰ ਵਾਪਸ ਭੇਜ ਤੋਂ ਆ ਕੇ ਗੱਡੀ 'ਚ ਬਹਿ ਗਏ ਜਿਹੜਾ ਲੜਕਾ ਪਾਰਟੀ ਸੀਗੀ ਉਹਨਾਂ ਵੱਲੋਂ ਚਰਨਜੀਤ ਸਿੰਘ ਬਾਹਰ ਆਇਆ ਇੱਥੇ ਆ ਕੇ ਤੁਸੀਂ ਸੀ ਸੀ ਟੀ ਵੀ ਸਾਰੇ ਪਾਸੇ ਲੱਗੇ ਆ ਸਾਰੇ ਰਿਕਾਰਡਿੰਗ ਕਢਵਾ ਸਕਦੇ ਹੋ ਇੱਥੇ ਆ ਕੇ ਬਾਹਰ ਉਹਨਾਂ ਦਾ ਮਾੜਾ ਮੋਟਾ ਬੋਲ ਬੁਲਾਰਾ ਹੋਇਆ ਕੋਈ ਹੱਥੋਂ ਪਾਈ ਨਹੀਂ ਹੋਇਆ ਕੁਛ ਨਹੀਂ ਹੋਇਆ ਉਹ ਵਾਪਸ ਫਿਰ ਉਹਨਾਂ ਨੇ ਅੰਦਰ ਸੁਨੇਹਾ ਲਾਇਆ ਵੀ ਉਹਨੂੰ ਬੁਲਾ ਕੇ ਲਿਆਓ ਜਿਹੜਾ ਬੰਦਾ ਇੱਥੋਂ ਦੁਬਾਰਾ ਫਿਰ ਅੰਦਰ ਵਾਪਸ ਲੈ ਕੇ ਗਏ ਆ ਅੰਦਰ ਲਿਆ ਕੇ ਗੇਟ ਬੰਦ ਕਰਕੇ ਮੁਲਾਜ਼ਮ ਬੁਲਾਏ ਗਏ ਆ ਰਿਕਾਰਡਡ ਆ ਵਿੱਚ ਸਾਰਾ ਕਮਰੇ 'ਚੋਂ ਖਿੱਚ ਤੂ ਕੇ ਲੈ ਕੇ ਗਏ ਆ ਜਿੱਥੇ ਸੀ ਸੀ ਟੀ ਵੀ ਨਹੀਂ ਹੈਗਾ ਉਸ ਜਗ੍ਹਾ 'ਤੇ ਉਸ ਕਮਰੇ ਦੇ ਵਿੱਚ ਲੈ ਕੇ ਗਏ ਆ ਇੰਸਪੈਕਟਰ ਸਾਹਿਬ ਨੇ ਆਪ ਆ ਕੇ ਪਹਿਲਾਂ ਜਿਵੇਂ ਉਹਨੇ ਮਾਨਵਜੀਤ ਸਿੰਘ ਢਿੱਲੋਂ ਨੇ ਮੈਂ ਉਹਦੇ ਨਾਲ ਸੀ ਜਿਸ ਦਿਨ ਅਸੀਂ 17 ਤਰੀਕ ਦਾ ਇੰਸੀਡੈਂਸ ਆ ਉਸ ਦਿਨ ਮੈਂ ਨਾਲ ਸੀ 16 ਦਾ ਵਾਕਿਆ ਆ ਜਿਹੜਾ ਮੈਂ ਤੁਹਾਨੂੰ ਤੁਸੀਂ ਜਿਹੜੇ ਜਾਂ ਨਾਲ ਵੀਰ ਇਹ ਵੀ ਹੈਗੇ ਸੀ ਸਾਰੇ ਹੋਰ ਵੀ ਵੀਰ ਸੀਗੇ ਸੇਮ ਜੋ ਇਹ ਵੀ ਤੁਹਾਨੂੰ ਉਹੀ ਸੇਮ ਚੀਜ਼ ਦੱਸਣਗੇ ਮੈਂ ਉਹਨਾਂ ਦੇ ਬੇਸ 'ਤੇ ਇੱਕ ਤੁਹਾਨੂੰ ਐਕਸਪਲੇਨ ਕਰਦਾ ਪਿਆ ਠੀਕ ਹੈ ਜੀ ਉਹਨਾਂ ਨੇ ਛੋਟਾ ਬ੍ਰਦਰ ਸ਼ਾਮ ਨੂੰ ਆਇਆ ਉਹ ਕਹਿੰਦੇ ਵੀ ਤੈਨੂੰ ਉਹਨਾਂ ਨੇ ਮੁਲਾਜ਼ਮ ਬੁਲਾ ਕੇ ਅੰਦਰ ਕਰਤਾ ਕੁੱਟਮਾਰ ਕੀਤੀ ਸਾਹਿਬ ਆਪ ਗਏ ਆਪ ਜਾ ਕੇ ਗੁੱਜੀਆਂ ਸੱਟਾਂ ਮਾਰੀਆਂ ਮੁਲਾਜ਼ਮ ਨਾਲ ਗਏ ਆ ਕਮਰੇ 'ਚੋਂ ਕੱਢ ਕੇ ਲੈ ਕੇ ਗਏ ਆ ਠੀਕ ਹੈ ਜੀ ਔਰ ਸਾਰੀ ਸੀ ਸੀ ਟੀ ਵੀ ਰਿਕਾਰਡਡ ਕਢਵਾਈ ਜਾਵੇ ਪਹਿਲਾਂ ਚਪੇੜ ਮਾਰ ਕੇ ਪੱਗ ਲਾਈ ਆ ਜਿੱਥੋਂ ਸਾਰਾ ਮਸਲਾ ਪੱਗ ਤੋਂ ਚੱਲਿਆ ਹੈ ਮੁਲਾਜ਼ਮ ਵੱਲੋਂ ਚਪੇੜ ਮਾਰ ਕੇ ਫਿਰ ਮੁੱਕਾ ਮਾਰਿਆ ਜਿਹੜੇ ਮਤਲਬ ਜਿਹੜੇ ਵੀ ਉਹ ਸੀ ਸੀ ਟੀ ਵੀ 'ਚ ਸਾਰੇ ਮੁਲਾਜ਼ਮਾਂ ਦੀ ਫੋਟੋ ਆ ਜਾਣੀ ਠੀਕ ਹੈ ਜੀ ਜਿਹੜੇ ਮੁਲਾਜ਼ਮ ਗਏ ਸੀ ਉਹ ਬੰਦ ਕਰਕੇ ਮੁਲਾਜ਼ਮ ਬਾਹਰੋਂ ਬੁਲਾਏ ਗਏ ਮੁਲਾਜ਼ਮ ਇੱਥੇ ਆਓ ਲੈ ਕੇ ਗਏ ਅੰਦਰ ਕੁੱਟਮਾਰ ਕੀਤੀ ਆ ਕੁੱਟਮਾਰ ਕਰਕੇ ਹਵਾਲਾ 'ਚ ਬੰਦ ਕਰਤਾ ਮਾਨਵਜੀਤ ਸਿੰਘ ਢਿੱਲੋਂ ਠੀਕ ਹੈ ਜੀ ਔਰ ਉਹਨੇ ਕਿਹਾ ਸੀ ਜੇ ਮੇਰੀ ਪੱਗ ਲਾਈ ਹੈ ਨਾ ਮੇਰੀ ਸੀ ਸੀ ਟੀ ਵੀ ਸਾਹਮਣੇ ਲਾਉਂਦੇ ਜੇ ਕੁੱਟਣਾ ਸੀ ਮੇਰਾ ਸੀ ਸੀ ਟੀ ਵੀ ਸਾਹਮਣੇ ਕੁੱਟਦੇ ਪਤਾ ਵੀ ਲੱਗਦਾ ਵੀ ਕੁੱਟਮਾਰ ਕੀਤੀ ਹੈ ਅਤੇ ਮੈਨੂੰ ਪਾਸੇ ਜਿਹੜੇ ਕਮਰੇ ਦੇ ਵਿੱਚ ਇੱਕ ਸੀ ਸੀ ਟੀ ਵੀ ਨਹੀਂ ਹੈਗਾ ਰਿਕਾਰਡਿਡ ਚੀਜ਼ ਜਾਏਗੀ ਉਸ ਕਮਰੇ 'ਚ ਲੈ ਕੇ ਗਏ ਆ ਜਿੱਥੇ ਸੀ ਸੀ ਟੀ ਵੀ ਨਹੀਂ ਹੈਗਾ ਬਾਹਰੋਂ ਛੱਡ ਜਾਂਦੀ ਆ ਤੁਸੀਂ ਇਹ ਚੀਜ਼ ਬਿਲਕੁਲ ਨੋਟ ਕਰਨ ਵਾਲੀ ਆ ਵੀ ਜਦੋਂ ਅੰਦਰ ਗਏ ਆ ਉਦੋਂ ਕੱਪੜੇ ਹੋਰ ਸੀ ਜਿਸ ਦਿਨ ਇੱਥੋਂ ਜਮਾਨਤ 'ਤੇ ਵਾਪਸ ਜਦੋਂ ਬਾਹਰ ਗਏ ਆ ਉਦੋਂ ਕੱਪੜੇ ਹੋਰ ਸੀ ਇਹ ਪ੍ਰੂਫ ਆ ਸੈਕਿੰਡ ਥਿੰਗ ਜਿਹੜੀ ਇਹਨਾਂ ਨੇ 57 ਕੀਤੀ ਆ ਤਾਂ ਬੇਸ ਕੀ ਆ ਕਿਸ ਬੇਸ 'ਤੇ ਕੀ ਰੀਜ਼ਨ ਇਹ ਹੈ ਠੀਕ ਹੈ ਜੀ ਉਹਦੇ ਛੋਟੇ ਭਰਾ ਨੂੰ ਜਲੀਲ ਕੀਤਾ ਗਿਆ ਅੰਦਰ ਉਹਦਾ ਛੋਟਾ ਭਰਾ ਗਿਆ ਪਾਣੀ ਦੀ ਬੋਤਲ ਲੈ ਕੇ ਜਿਹੜੀ ਉਹ ਫਿਰ ਜਿਹੜੀ ਇੰਚਾਰਜ ਜਿਹੜੇ ਮੈਡਮ ਜਿਹਨਾਂ ਵੱਲੋਂ ਇਹ 57 ਦਰਜ ਕਰਾਈ ਗਈ ਆ ਉਹ ਮੈਡਮ ਕਹਿੰਦੇ ਜ਼ਹਿਰ ਦੇਣ ਆਇਆ ਇਹਨੂੰ ਉਹ ਬੰਦੇ ਨੂੰ ਉਹ ਵੀ ਧੱਕੇ ਮਾਰ ਫਿਰ ਇਹਨੇ ਗਾਲੀ ਗਲੋਚ ਕਰਕੇ ਧੱਕੇ ਮਾਰ ਕੇ ਬਾਹਰ ਕੱਢਤਾ ਗੇਟ ਬੰਦ ਕਰਤਾ ਉਹ ਵੀ ਸ਼ਾਮ ਦਾ ਵਾਕਿਆ ਉਹ ਵੀ ਰਿਕਾਰਡਡ ਆ ਸਾਰਾ ਉਹ ਵੀ ਕਢਾਇਆ ਜਾਵੇ ਠੀਕ ਹੈ ਜੀ ਮੇਨ ਸਾਰੀ ਕੜੀ ਚੱਲੀ ਆ ਜਿਹੜੀ ਕਾਂਸਟੇਬਲ ਮੈਡਮ ਆ ਉਹਦੇ ਵੱਲੋਂ ਹੀ ਇੰਸਪੈਕਟਰ ਸਾਹਿਬ ਨੂੰ ਵਾਰ-ਵਾਰ ਪੁੱਠੀਆਂ ਸਿੱਧੀਆਂ ਗੱਲਾਂ ਕਰਕੇ ਗੱਲ ਕੀਤੀ ਗਈ ਆ ਇੰਸਪੈਕਟਰ ਸਾਹਿਬ ਨੇ 14 ਤਰੀਕ ਨੂੰ ਮਤਲਬ ਜਿਹੜੀ ਗੱਲ ਕਰਾਈ ਸੀ ਫੋਨ ਤੇ ਠੀਕ ਹੈ ਜੀ 16 ਟਾਈਮ ਦਿੱਤਾ 16 ਦਾ ਵਾਕਿਆ ਸਾਰਾ ਵਿੱਚ ਰਿਕਾਰਡਡ ਆ ਅਗਰ ਉਹ ਆਪਣਾ ਕੋਈ ਬਿਆਨ ਦਿੰਦੇ ਆ ਤੇ ਮੈਚ ਕਰ ਲੈਣ ਜੋ ਅਸੀਂ ਬੋਲ ਰਹੇ ਆ ਹਰ ਟਾਈਮ ਸਾਡੇ ਤੋਂ ਲਿਆ ਜਾਵੇ ਹਰ ਮੂਮੈਂਟ ਲਿਆ ਜਾਵੇ ਜੋ ਅਸੀਂ ਦੱਸ ਰਹੇ ਹੋ ਐਜ਼ ਇਟ ਇਜ਼ ਹੀ ਕੈਮਰੇ 'ਚ ਨਿਕਲੇਗਾ ਫਿਰ ਉਸ ਤੋਂ ਬਾਅਦ ਨੈਕਸਟ ਡੇ ਮੈਂ ਹਰਿਆਣੇੋਂ ਆ ਕੇ ਮੇਰੇ ਮਦਰ ਨੇ ਦੀ ਜ਼ਮਾਨਤ ਦਿੱਤੀ ਮਾਨਵਜੀਤ ਢਿੱਲੋਂ ਦੀ ਜ਼ਮਾਨਤ ਹੋ ਗਈ ਮੈਂ ਘਰ ਚਲਾ ਗਿਆ ਕਿਉਂਕਿ ਮੈਂ ਥੱਕਿਆ ਸੀ ਮੈਂ ਕਿਹਾ ਵੀ ਮੇਰੇ ਤੋਂ ਵੀ ਤੁਹਾਡੇ ਨਾਲ ਨਹੀਂ ਜਾਏਗਾ ਮੈਂ ਘਰ ਚੱਲਾਂ ਮੈਂ ਘਰ ਚਲਾ ਗਿਆ ਬਾਕੀ ਸਾਰੇ ਵੀਰ ਖਾਣਾ ਖਾਣ ਚਲੇ ਗਏ ਜਿੱਥੇ ਰੈਸਟੋਰੈਂਟ ਤੋਂ ਮੈਂ ਚੱਕਿਆ ਉਹਦੀ ਲੋਕੇਸ਼ਨ
ਉਦੋਂ ਤਾਂ ਮੈਨੂੰ ਦੱਸਿਆ ਨਹੀਂ ਵੀ ਕੀ ਗੱਲ ਹੈ। ਜਦੋਂ ਮੈਂ ਗੱਡੀ 'ਚ ਬਹਿ ਗਿਆ ਉਦੋਂ ਕਹਿੰਦੇ ਵੀ ਇੱਦਾਂ ਕਰਕੇ ਆ ਵੀ ਜਸ਼ਨ ਕੱਲ੍ਹ ਦਾ ਦਿਲ 'ਤੇ ਲਾਈ ਬੈਠਾ, ਮੇਰੇ ਭਰਾ ਨਾਲ ਕੁੱਟਮਾਰ ਕੀਤੀ ਆ ਵੀ ਮੈਨੂੰ ਵੀ ਮਤਲਬ ਮੇਰੇ ਸਾਡਾ ਇੰਨਾ ਸਾਡੇ ਬੇਕਸੂਰ ਬੰਦਿਆਂ ਨੂੰ ਮਤਲਬ ਕੁੱਟਮਾਰ ਕੀਤੀ, ਅਸੀਂ ਕੰਪਲੇਂਟ ਇਹਨਾਂ ਸਾਡੇ ਵੱਲੋਂ ਕੰਪਲੇਂਟ ਹੋਈ ਹੈ, ਸਾਡੀ ਸੁਣਵਾਈ ਨਹੀਂ ਹੈਗੀ ਇੱਥੇ, ਠੀਕ ਹੈ ਜੀ। ਮੇਨ ਮੈਂ ਪ੍ਰਸ਼ਾਸਨ ਦੇ ਨਿਗਾਹ 'ਚ ਇਹ ਲਿਆਉਣਾ ਚਾਹੁੰਦਾ ਹਾਂ ਜਿਹੜੇ ਵੀ ਸਾਡੇ ਚਾਹੇ ਉਹ ਮੰਤਰੀ ਸਾਹਿਬਾਨ ਨੇ ਚਾਹੇ ਉਹ MLA ਸਾਹਿਬਾਨ ਨੇ, ਗਲਤ ਬੰਦੇ ਦਾ ਸਾਥ ਨਾ ਦਿਓ। ਜੋ ਰਿਊਮਰਸ ਆਉਂਦੇ ਆ ਇਹ ਕੁਛ ਬੰਦੇ ਲੀਡਰਾਂ ਦੇ ਨੇੜੇ ਹੁੰਦੇ ਆ, ਕੁਛ ਅਫਸਰ ਲੀਡਰਾਂ ਦੀ ਚੱਕਰੀ ਕਰਦੇ ਆ, ਇਹ ਵੀ ਉਹਨਾਂ ਵਿੱਚੋਂ ਇੱਕ ਨੇ। ਔਰ ਮੈਂ ਸਾਡੇ ਮਾਨਯੋਗ ਰਮਨ ਅਰੋੜਾ ਨੂੰ ਬੇਨਤੀ ਕਰਦਾ ਵੀ ਅਸੀਂ ਵੀ, ਮੈਂ ਵੀ ਆਪ ਦਾ ਇੱਕ, ਸਾਡੇ ਵੀ, ਮੈਂ ਮੋਗੇ ਤੋਂ ਹਾਂ, ਸਾਡਾ ਵੀ ਆਪ ਦੇ ਵਿੱਚ ਬਹੁਤ ਸੂਕ ਆ, ਅਸੀਂ ਵੀ ਆਪ ਪਾਰਟਨਰ ਵੋਟਾਂ ਪਾ ਕੇ ਜਿਤਾਇਆ, ਠੀਕ ਹੈ ਜੀ। ਮੈਂ ਉੱਥੇ ਵੀ ਅਪਰੋਚ ਕਰੂੰਗਾ ਵੀ ਸਾਡੀ ਸੁਣਵਾਈ ਕੀਤੀ ਜਾਵੇ। ਮੇਰੇ ਭਰਾ ਮਰੇ ਨੇ, ਦੋ ਜਾਨਾਂ ਗਈਆਂ ਨੇ, ਕੀਮਤੀ ਜਾਨਾਂ ਗਈਆਂ, ਪਰਿਵਾਰ ਸਾਰਾ ਉਜੜ ਗਿਆ, ਇਹਨਾਂ ਦਾ ਗਿਆ ਕੱਖ ਨਹੀਂ, ਇਹਨਾਂ ਤਾਂ ਆਪਦੀ ਜਿੱਤ ਪਗਾ ਲਈ। ਫੋਨ ਬੜੇ ਬੰਦਿਆਂ ਨੇ ਰਿਕੁਐਸਟ ਵੀ ਕੀਤੀ, ਮਾਤਾ ਜੀ ਬੈਠੇ ਨੇ ਰਿਕੁਐਸਟ ਕੀਤੀ ਵੀ ਇੱਦਾਂ ਕਰਕੇ ਵੀ ਬੱਚਾ ਹੈ ਕੋਈ ਗੱਲ ਨਹੀਂ। ਹਾਲਾਂਕਿ ਉਹਨੇ ਕੋਈ ਬਦਤਮੀਜ਼ੀ ਨਹੀਂ, ਇੱਕ ਬਦਤਮੀਜ਼ੀ ਵਿਖਾ ਦੇਣ ਉਹਨਾਂ ਦੀ ਕੁੱਟਮਾਰ ਦੀ, ਪੁਲਿਸ ਨਾਲ ਧੱਕੇਸ਼ਾਹੀ ਦੀ ਰਿਕਾਰਡਿੰਗ ਵਿਖਾ ਦੇਣ, ਅਸੀਂ ਸਾਰੀ ਰਿਕਾਰਡਿੰਗ ਲਾ ਕੇ ਵਿਖਾ ਸਕਦੇ ਹਾਂ ਵੀ ਜਿਹੜੀ ਧੱਕੇਸ਼ਾਹੀ ਕੀਤੀ ਹੈ, ਠੀਕ ਹੈ ਜੀ। ਫਿਰ ਜਦੋਂ 17 ਤਰੀਕ ਦਾ ਵਾਕਿਆ, 17 ਨੂੰ ਅਸੀਂ ਗਏ ਇੱਥੋਂ, ਜਦੋਂ ਕਾਲ ਹੋਈ ਆ ਉਹਨੇ ਦੱਸਿਆ ਵੀ ਮੈਂ ਮਤਲਬ ਪਾਸੇ ਆ ਕਿਤੇ, ਤੇ ਕਹਿੰਦਾ ਵੀ ਤੂੰ ਘਰੇ ਆ ਗੋਇੰਦਵਾਲ, ਵੀ ਉੱਥੇ ਆ ਜਾਂਦੇ ਆ, ਕਹਿੰਦਾ ਨਹੀਂ ਮੈਂ ਉੱਥੇ ਨਹੀਂ ਹੈਗਾ, ਪਹਿਲਾਂ ਤਾਂ ਸਾਨੂੰ ਲੋਕੇਸ਼ਨ ਨਹੀਂ ਦੱਸੀ। ਫਿਰ ਮੈਂ 2-3 ਥਾਵਾਂ ਤੇ ਨੰਬਰ ਪਾਇਆ ਵੀ ਲੋਕੇਸ਼ਨ ਕਰਾਓ, ਪਰ ਉਸ ਦੌਰਾਨ ਇਹਨੇ ਫੋਨ ਚੱਕ ਲਿਆ ਜਸ਼ਨ ਨੇ, ਮਾਨਵਜੀਤ ਸਿੰਘ ਢਿੱਲੋਂ ਦਾ ਫੋਨ ਚੱਕਿਆ, ਤੇ ਕਹਿੰਦਾ ਯਾਰ ਮੇਰੀ ਗੱਡੀ ਤਾਂ ਦੇ ਦੇ ਯਾਰ, ਗੱਡੀ ਇਹ ਮਾਨਵਜੀਤ ਸਿੰਘ ਵਾਲੀ ਲੈ ਗਿਆ ਸੀ, ਕਹਿੰਦਾ ਯਾਰ ਮੇਰੀ ਗੱਡੀ ਦੀ ਜ਼ਰੂਰਤ ਆ, ਮੈਨੂੰ ਮੇਰੀ ਗੱਡੀ ਦੇ ਦੇ। ਉਹ ਗੱਡੀ ਕਹਿੰਦਾ ਦਰਿਆ ਤੇ ਖੜੀ ਆ, ਸਾਨੂੰ ਉੱਥੋਂ ਆਈਡੀਆ ਹੋ ਗਿਆ ਵੀ ਘਰ ਦੇ ਨੇੜੇ ਦਰਿਆ, ਜਸ਼ਨ ਜਿਹੜਾ ਜਸ਼ਨ ਵੀਰ ਆ ਉਹਦੀ ਰਹਿਸ਼ ਹੈਗੀ ਆ ਗੋਇੰਦਵਾਲ ਸਾਹਿਬ, ਬੇਸਿਕਲੀ ਇੱਥੋਂ ਦੇ ਨੇ, ਬ੍ਰਦਰ ਫਾਦਰ ਸਾਰੀ ਫੈਮਿਲੀ ਮਾਨਵਜੀਤ ਇੱਥੇ ਰਹਿੰਦੇ ਨੇ, ਉਹਨਾਂ ਦਾ ਹਸਪੀਟਲ ਆ ਗੁਰੂ ਅਮਰਦਾਸ ਮਿਸ਼ਨ ਹਸਪੀਟਲ, ਸਕੂਲ ਵੀ ਆ। ਔਰ ਇੱਕ ਹੋਰ ਚੀਜ਼ ਆ ਜਿਹੜੀ ਮੈਨੂੰ ਮਾਨਵਜੀਤ ਸਿੰਘ ਨੇ ਦੱਸੀ, ਮੇਨ ਕੌਜ਼ ਜਿਹੜਾ ਹੈਗਾ ਉੱਥੋਂ ਦਾ ਬੰਦਾ ਹੈ ਔਲਖ, ਔਲਖ ਸਕੂਲ ਚਲਾਉਂਦਾ ਸੀ। ਮਾਨਵਜੀਤ ਸਿੰਘ ਨੇ ਮੈਨੂੰ ਦੱਸਿਆ ਰਾਹ ਜਾਂਦੇ ਵੀ ਵਾਰ ਵਾਰ ਪੁੱਛਦੇ ਸਕੂਲ ਕਿਹੜਾ, ਤੁਹਾਡਾ ਸਕੂਲ ਕਿਹੜਾ, ਔਲਖ ਵਾਲਾ ਸਕੂਲ, ਮਤਲਬ ਕਿ ਔਲਖ ਇਹਦੇ ਵਿੱਚ ਬਰਾਬਰ ਦਾ, ਇਹਨਾਂ ਦਾ ਟਾਈ ਅਪ ਨਿਕਲੇਗਾ, ਵੈਰੀਫਿਕੇਸ਼ਨ ਜਦੋਂ ਹੋਊਗੀ ਹਾਇਰ ਲੈਵਲ ਤੱਕ ਜਾਊਗੀ, ਸਾਰਾ ਕੁਝ ਹੋਊਗਾ, ਵੈਰੀਫਿਕੇਸ਼ਨ ਜਦੋਂ ਹੋਈ ਔਲਖ ਨਾਲ ਵੀ ਇਹਨਾਂ ਦਾ ਲਾਗਾ ਤੇਗਾ ਨਿਕਲ ਆਉਣਾ, ਔਲਖ ਵੀ ਕੜੀ ਆ ਉਹਦੀ ਜਿੱਤ ਕੁੱਟਿਆ ਕਹਿ ਲਓ, ਪੈਸੇ ਲਏ ਕਹਿ ਲਓ, ਜਾਂ ਇਹਨਾਂ ਦੀ ਕੋਈ ਸਿਫਾਰਿਸ਼ ਕਹਿ ਲਓ, ਲੋਕਲ ਦੇ ਬੰਦੇ, ਲੋਕਲ ਥਾਣਾ ਜਾਂ ਸਿਫਾਰਿਸ਼ ਹੁੰਦੀ ਆ, ਹਰ ਏਰੀਏ 'ਚ ਆਪਣਾ ਬੰਦਾ ਆਪਦਾ ਸੂਕ ਰੱਖਦਾ। ਔਰ ਉਹ ਬੰਦਾ ਸੁਣਨ 'ਚ ਆਇਆ ਵੀ ਕਿਸੇ ਗੁਰਦੁਆਰੇ ਦਾ ਪ੍ਰਧਾਨ ਪ੍ਰਧੁਨ ਵੀ ਹੈਗਾ, ਠੀਕ ਹੈ ਜੀ। ਉਹਦੀ ਮਿਸ ਗਾਈਡੈਂਸ ਨਾਲ ਅਫਸਰਾਂ ਨੂੰ ਮਿਸਗਾਈਡ ਕੀਤਾ ਗਿਆ, ਅਫਸਰਾਂ 'ਤੇ ਸਾਡਾ ਦੋਸ਼ ਨਹੀਂ ਹੈਗਾ, ਬਟ ਸਾਡਾ ਸਾਨੂੰ ਲੱਗਦਾ ਵੀ ਵੇਗਿਸ, ਠੀਕ ਹੈ ਜੀ। ਉਹਨਾਂ ਨੇ ਜਿਹੜਾ ਸਾਰਾ ਸਿਰਫ ਇਹ ਆਪਦੇ ਟਿਕਾਊਪਣ ਕਰਕੇ, ਆਪਦੀ ਜਿੱਦ ਕਰਕੇ, ਆਪਦੀ ਈਗੋ ਸੈਟੀਸਫਾਈ ਕਰਨ ਕਰਕੇ ਦੋ ਬੱਚੇ ਜਾਨ ਲੈ ਲਈ ਆ, ਮਰਦੇ ਦਮ ਤੱਕ ਆ ਪੱਗ ਕਰਕੇ ਜਾਨ ਲਈ, ਜਿਹੜੀ ਅੱਜ ਮੈਂ ਬੰਨ ਕੇ ਆਇਆ ਆ, ਉਹ ਮੁੰਡਾ ਆਪਦੀ ਪੱਗ ਲਾ ਕੇ ਉੱਥੇ ਦਰਿਆ 'ਤੇ ਰੱਖ ਕੇ, ਸਾਰੀ ਵੀਡੀਓ ਰਿਕਾਰਡਡ ਆ, ਪੱਗ ਲਾ ਕੇ ਛਾਲ ਮਾਰੀ ਉਹਨੇ, ਦੂਜੇ ਭਰਾ ਨੂੰ ਬਚਾਉਣ ਲਈ ਉਹਨੇ ਛਾਲ ਮਾਰੀ, ਭਰਾ ਕੇ ਤਾਂ ਮਰਦਾ ਵੀ ਬੰਦਾ ਰੁਕਦਾ ਨਹੀਂ। ਮੈਂ 40 ਫੁੱਟ ਦੀ ਦੂਰੀ 'ਤੇ ਹੋਣਾ ਜਦੋਂ ਮੈਂ ਉਹਨੇ ਆਵਾਜ਼ ਮਾਰੀ, ਉਦੋਂ ਮੈਂ ਪਿੱਛੇ ਦੇਖਿਆ ਜਸ਼ਨ ਪਹਿਲਾਂ ਛਾਲ ਮਾਰ ਚੁੱਕੇ, ਸਾਰੇ ASI ਸਾਹਿਬਾਨ ਵੀ ਜਿਹੜੇ ਤੁਹਾਡੇ ਮਗਰ ਦੇਖ ਰਹੇ ਹੋ ਇਹ ਵੀ ਸਾਰੇ ਥਾਣਾ 'ਚ ਮੌਜੂਦ ਸੀਗੇ, ਠੀਕ ਹੈ ਜੀ। ਮੇਨ ਚੀਜ਼ ਕੀ ਆ, ਸਟ੍ਰਿਕਟ ਐਕਸ਼ਨ ਲਿਆ ਜਾਣਾ ਚਾਹੀਦਾ, ਕੋਈ ਇਹਨਾਂ ਨਾਲ ਸਿਫਾਰਿਸ਼ ਕਰਕੇ ਨਰਮਾਈ ਨਾ ਹੋਵੇ, ਸਾਡੀ ਇਹ ਬੇਨਤੀ ਆ, ਅਸੀਂ ਆਪਦੀ ਅਖੀਰਲੀ ਸਾਹ ਤੱਕ ਲੜਾਂਗੇ ਜਿੰਨਾ ਸਾਡਾ ਜਾਣਗੇ। ਸਾਨੂੰ ਇਹਨਾਂ ਦੇ ਕਿਸੇ ਅਫਸਰ ਦਾ, ਕਿਸੇ ਮੰਤਰੀ ਦਾ, ਕਿਸੇ ਸੰਤਰੀ, ਸਾਨੂੰ ਕਿਸੇ ਦਾ ਡਰ ਨਹੀਂ, ਸਾਨੂੰ ਕੋਈ ਥ੍ਰੈਟ ਨਹੀਂ। ਉਹ ਸ਼ੇਰ ਬੰਦੇ ਸੀਗੇ ਜਿਹੜੇ ਦੋਵੇਂ ਮਰੇ ਆ, ਠੀਕ ਹੈ ਨਾ, ਸ਼ੇਰ ਨੂੰ ਗਿੱਦੜਾਂ ਨੇ ਘੇਰ ਲਿਆ, ਕੋਈ ਫਰਕ ਨਹੀਂ ਪਿਆ, ਉਹ ਵੀ ਕਹਿੰਦਾ ਕਹਿੰਦਾ ਇੱਕ ਸ਼ੇਰ ਨੂੰ 4 ਗਿੱਦੜਾਂ ਨੇ ਫੜ ਲਿਆ, ਕੀ ਹੋ ਗਿਆ, ਠੀਕ ਹੈ ਨਾ। ਨਾਲੇ ਉਹ ਸੱਚਾ ਸੀ, ਉਹ ਪੁਲਿਸ ਤੋਂ ਡਰਦਾ ਨਹੀਂ, ਅਸੀਂ ਉਹਨਾਂ ਪ੍ਰਾਂਤ, ਸਾਨੂੰ ਕਿਸੇ ਐਸੇ ਸਾਨੂੰ ਧਮਕੀ ਦਾ, ਕਿਸੇ ਐਸੇ ਪ੍ਰੈਸ਼ਰ ਦਾ ਸਾਨੂੰ ਕੋਈ ਡਰ ਨਹੀਂ ਹੈਗਾ। ਸਾਨੂੰ ਮੇਨ ਆ, ਸਾਨੂੰ ਇਨਸਾਫ ਦਿੱਤਾ ਜਾਵੇ, ਸਾਡੀ ਸੁਣਵਾਈ ਕੀਤੀ ਜਾਵੇ, ਅਸੀਂ ਗਲਤ ਆ ਸਾਨੂੰ ਸਜ਼ਾ ਲਾਈ ਜਾਵੇ, ਜੇ ਬੰਦੇ ਗਲਤ ਨੇ ਤੇਰੇ ਨਾਲ ਪੂਰੀ ਪ੍ਰੋਪਰ ਕਾਰਵਾਈ ਕੀਤੀ ਜਾਵੇ, ਅਸੀਂ ਆਪਣੀ ਵਾਹ ਲਾਵਾਂਗੇ। ਦੂਜੀ ਗੱਲ, ਸਾਨੂੰ ਇਹ ਵੀ ਡਰ ਆ ਵੀ ਲਾਸ਼ਾ ਖੁਰਦਪੁਰ ਦੇ ਬੰਦੇ ਕਰ ਸਕਦੇ ਨੇ, ਆਪਦੇ ਸਾਰੇ ਜਿੱਥੇ ਵੀ ਇਹਨਾਂ ਦੇ ਵਾਕਫੀਅਤ ਹੋਊਗੀ, ਜਿਹੜੇ ਜਿੱਥੇ ਅਫਸਰ ਥਾਣਾ, ਸਾਰੇ ਥਾਣੇ 'ਚ ਅਫਸਰ ਘੁੰਮਦਾ, ਸਾਰੇ ਅੰਡਰ ਇਹਨਾਂ ਦੇ ਥੜੇ ਅਫਸਰ ਵਾਕਫ ਹੁੰਦੇ ਨੇ, ਸਾਰੇ ਪਾਸੇ ਇਹਨਾਂ ਨੇ ਫੋਨ ਵੀ ਲਾਏ ਹੋਣੇ ਆ, ਆਪਦਾ ਦੱਸਿਆ ਵੀ ਹੋਣਾ ਵੀ ਫਲਾਣੇ ਫਲਾਣੇ ਥਾਣੇ ਨੂੰ ਜੇ ਲਾਸ਼ਾਂ ਆਈਆਂ ਖੁਰਦਪੁਰ ਕਰ ਦਿਓ, ਸਾਨੂੰ ਪੂਰੇ ਚਾਂਸਿਸ ਆ ਲਾਸ਼ਾਂ ਮਿਲਦੀਆਂ ਆ, ਉਦੋਂ ਬਾਅਦ ਸਟ੍ਰਿਕਟ ਐਕਸ਼ਨ ਲਾਵਾਂਗੇ ਇਹਨਾਂ 'ਤੇ, ਜਿੱਥੋਂ ਤੱਕ ਸਾਡੇ ਕੋਲ ਭਾਵੇਂ ਸੁਪਰੀਮ ਕੋਰਟ ਤੱਕ ਜਾਣਾ ਪਿਆ, ਪਿੱਛੇ ਨਹੀਂ ਹਟਣਾ, ਬਣਦੀ ਕਾਰਵਾਈ ਕੀਤੀ ਜਾਵੇ, ਐਸ ਸੂਨ ਐਸ ਪੋਸੀਬਲ ਕੀਤੀ ਜਾਵੇ। ਅੱਜ ਸਾਡਾ ਸਦਨ ਇਕੱਠ ਹੈ ਇਹ, ਹੁਣ ਤੋਂ ਬਾਅਦ ਅਗਰ ਸਾਡੀ ਇੱਕ ਦੇ ਦਿਨ ਦੇ ਵਿੱਚ ਇਹ ਬੰਦਾ ਸਸਪੈਂਡ ਨਹੀਂ ਹੁੰਦਾ, ਅਸੀਂ ਸੌਵਾਂ ਤਾਂ ਨਹੀਂ, ਹਜ਼ਾਰਾਂ ਦਾ ਇਕੱਠ ਕਰਾਂਗੇ ਇੱਥੇ, ਠੀਕ ਹੈ ਜੀ। ਜਲੰਧਰ ਬੰਦ ਗਿਆ, ਜਿੰਨੀ ਸਾਡੇ ਤੋਂ ਬਾਹਰ ਲੱਗੀ, ਜਿੰਨੇ ਚੁੱਕੇ ਹੈਗੇ ਆ, ਅਸੀਂ ਇੱਥੇ ਇਕੱਠੇ ਹੋਵਾਂਗੇ। ਅੱਜ ਤਾਂ ਸਾਡੇ ਕੋਲ ਸਿਰਫ ਸ਼ਾਰਟ ਟਾਈਮ ਸੀਗਾ, ਸਾਡੇ ਕੋਲ ਅੱਜ ਸਿਰਫ ਅੱਖਾਂ ਖੋਲਣ ਆਏ ਆ ਵੀ ਅਫਸਰਾਂ ਸਾਹਿਬਾਨਾਂ ਦੀਆਂ ਵੀ ਇਹਨੂੰ ਨੋਟਿਸ 'ਚ ਲਿਆਂਦਾ ਜਾਵੇ। ਔਰ ਬਹੁਤ ਦੂਰ ਦੂਰ ਤੱਕ ਇਹ ਨਿਊਜ਼ ਵਾਇਰਲ ਹੋਈ ਆ, ਅਸੀਂ ਉੱਪਰ ਹਾਇਰ CM ਸਾਹਿਬ ਨੂੰ ਕੱਲ੍ਹ ਮੈਂ ਮੇਲ ਪਾਈ ਆ, SP ਕਪੂਰਥਲਾ ਮੇਲ ਪਾਈ ਆ, ਔਰ ਹੁਣ ਅਸੀਂ ਹਿਊਮਨ ਰਾਈਟਸ ਨੂੰ ਮੇਲ ਪਾਉਣੀ ਆ, ਉੱਥੇ ਜਾ ਕੇ ਮਿਲ ਕੇ ਆਉਣਾ ਆ, ਚੰਡੀਗੜ੍ਹ ਜਾਵਾਂਗੇ ਹਿਊਮਨ
ਆਪਣਾ ਡੀਐਸਪੀ ਰਵਿੰਦਰ ਕਾਕਾ ਨੇ ਉਹਨਾਂ ਦਾ ਉਧਾਰ ਲੈਣ, ਇੱਕ ਜਸ਼ਨ ਜੋਤੀ ਡੀਐਸਪੀ ਨੇ ਬਾਘਾ ਪੁਰਾਣਾ ਉਹਨਾਂ ਉਧਾਰ ਲੈਣ, ਇਮਾਨਦਾਰ ਅਫਸਰ ਨੇ ਸਾਡੇ ਏਰੀਏ ਦੇ ਅਫਸਰ ਨੇ ਸਾਡੇ ਏਰੀਏ ਅਮਨਦੀਪ ਸਿੰਘ ਇੰਸਪੈਕਟਰ ਨੇ ਇੰਸਪੈਕਟਰ ਨੇ ਉੱਥੇ ਐਸਐਚਓ ਮੋਗਾ ਉਹਨਾਂ ਨੂੰ ਜਾ ਕੇ ਸਿੱਖਣ ਕਿਵੇਂ ਠਾਣੇ ਚਲਾਈਦੇ ਆ, ਨਾ ਪੈਸੇ ਲੈ ਲਏ ਸਿਫਾਰਸ਼ਾਂ ਲੈ ਲਈਆਂ, ਠੀਕ ਹੈ ਨਾ, ਔਰ ਰੇਹੜੀਆਂ ਲੱਤਾਂ ਵਾਲੇ ਮਾਰਨ ਅਫਸਰ ਨੇ ਇਹ, ਤੁਸੀਂ ਪੁਰਾਣਾ ਰਿਕਾਰਡ ਸਾਰਾ ਮਾੜਾ, ਔਰ ਸਾਡੀ ਇਹੀ ਮੰਗ ਆ ਸਸਪੈਂਡ ਕੀਤਾ ਜਾਵੇ ਐਸ ਸੂਰਿਆ ਪੋਸੀਬਲ ਕੀਤਾ ਜਾਵੇ, ਇਹਨਾਂ ਦੀ ਕਿਸਮਤ ਉਹਨਾਂ ਦੀਆਂ ਬਾਡੀਆਂ ਦੇ ਨਾਲ ਹੋਊਗੀ, ਜੇ ਖੁਦਾ ਨਾ ਖਾਸ ਤੋਂ ਉਹ ਜੀ ਗੱਲ ਹੋਊਗੀ ਇਹ ਬਹੁਤ ਬੁਰੇ ਫਸਣਗੇ। ਬਾਕੀ ਸਾਨੂੰ ਇਹ ਡਰ ਆ ਵੀ ਇਹ ਲਾਸ਼ਾਂ ਖੁਰਦ ਬੁਰਦ ਨਾ ਕਰ ਦੇਣ, ਸਾਡੀ ਪੂਰੀ ਸਾਡਾ ਉੱਥੇ ਜ਼ੋਰ ਲੱਗਾ, ਸਾਡੇ ਬਹੁਤ ਬੰਦੇ ਉੱਥੇ ਮੁਰਦਾਬਾਦ।